ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ਼ਬਦ ਹੈ ਗੋਬਿੰਦ ਕੀ ਐਸੀ ਕਾਰ ਕਮਾਏ। ਇਹ ਸ਼ਬਦ ਅਸੀਂ ਫੀਮੇਲ ਸਕੇਲ ਤੋਂ ਕਰਾਂਗੇ, ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰ ਜੀ ਦੀ ਕੰਪੋਜੀਸ਼ਨ ਵਿੱਚ। ਆਓ ਸਥਾਈ ਵੇਖੀਏ। ਗੋਬਿੰਦ ਕੀ ਐਸੀ ਕਾਰ ਕਮਾਏ। ਸਲੋ ਵੇਖੋ। ਗੋਬਿੰਦ ਕੀ ਐਸੀ ਕਾਰ ਕਮਾਏ, ਗੋਬਿੰਦ ਕੀ ਐਸੀ ਕਾਰ ਕਮਾਏ। ਫਿਰ ਨੈਕਸਟ ਲਾਈਨ ਜੋ ਇਸ ਦੇ ਨਾਲ ਹੀ ਬੋਲਣੀ ਹੈ, ਜੋ ਕਿਛ ਕਰੇ। ਇੱਕ ਵਾਰ ਫਿਰ ਵੇਖੋ। ਜੋ ਕਿਛ ਕਰੇ ਸੋ ਸਤ ਕਰਮਾਨੋ, ਜੋ ਕਿਛ ਕਰੇ ਸੋ ਸਤ ਕਰਮਾਨੋ। ਫਿਰ ਨੈਕਸਟ ਲਾਈਨ, ਨਾਮ ਰਹੋ ਲੇਵ ਲਾਏ ਗੁਰਮੁਖ। ਗੁਰਮੁਖ ਇੱਥੇ ਬੋਲ ਕੇ, ਗੁਰਮੁਖ ਨਾਮ ਰਹੋ ਲੇਵ ਲਾਏ। ਫਿਰ ਦੁਬਾਰਾ ਪਹਿਲੀ ਲਾਈਨ 'ਤੇ ਆ ਜਾਵਾਂਗੇ, ਗੋਬਿੰਦ ਕੀ ਐਸੀ ਕਾਰ ਕਮਾਏ, ਗੋਬਿੰਦ ਕੀ ਐਸੀ ਕਾਰ ਕਮਾਏ। ਅੰਤਰਾ ਵੇਖੋ। ਗੋਬਿੰਦ ਪ੍ਰੀਤ ਲਗੀ ਅਤ ਮੀਠੀ। ਸਲੋ ਵੇਖੋ। ਗੋਬਿੰਦ ਪ੍ਰੀਤ ਲਗੀ ਅਤ ਮੀਠੀ, ਅਵਰ ਵਿਸਰ ਸਭ ਜਾਏ। ਸਲੋ ਵੇਖੋ। ਅਵਰ ਵਿਸਰ ਸਭ ਜਾਏ। ਫਿਰ ਨੈਕਸਟ ਲਾਈਨ ਜੋ ਇਸ ਦੇ ਨਾਲ ਹੀ ਬੋਲਣੀ ਹੈ, ਅਨ ਦਿਨ ਰਹੱਸ ਪਿਆ ਮਨ ਮਾਨਿਆ, ਅਨ ਦਿਨ ਰਹੱਸ ਪਿਆ ਮਨ ਮਾਨਿਆ, ਜੋਤੀ ਜੋਤ ਮਿਲਾਏ, ਜੋਤੀ ਜੋਤ ਮਿਲਾਏ। ਫਿਰ ਇਸ ਨੂੰ ਨੀਚੇ ਜੋ ਸਥਾਈ ਤੇ ਦੁਬਾਰਾ ਆਉਣਾ ਹੈ, ਇਸ ਤਰ੍ਹਾਂ ਕਰਨਾ ਹੈ, ਜੋਤੀ ਜੋਤ ਮਿਲਾਏ, ਜੋਤੀ ਜੋਤ ਮਿਲਾਏ। ਫਿਰ ਦੁਬਾਰਾ ਸਥਾਈ ਤੇ ਆ ਜਾਵਾਂਗੇ, ਗੋਬਿੰਦ ਕੀ ਐਸੀ ਕਾਰ ਕਮਾਏ, ਗੋਬਿੰਦ ਕੀ ਐਸੀ ਕਾਰ ਕਮਾਏ। ਸੋ ਇਸ ਸਥਾਈ ਅਤੇ ਅੰਤਰਾ, ਬਾਕੀ ਅੰਤਰੇ ਵੀ ਇਸ ਤਰ੍ਹਾਂ ਹੀ ਗਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।